ਦੇਖੋ ਜੀ, ਅਸੀਂ ਹਰ ਦੁਕਾਨ 'ਤੇ ਜਾ ਕੇ ਸਦਰ ਬਾਜ਼ਾਰ 'ਚ ਜਿਹੜੀ ਅਪੀਲ ਹੈ, ਬੇਨਤੀ ਸ਼ਹਿਰ ਵਾਸੀਆਂ ਨੂੰ, ਵਪਾਰੀਆਂ ਨੂੰ ਕਰ ਰਹੇ ਹਾਂ ਕਿ ਆਪਾਂ ਬਰਨਾਲੇ ਦੀ ਤਰੱਕੀ ਲਈ, ਬਰਨਾਲੇ ਦੇ ਵਿਕਾਸ ਲਈ ਆਪਾਂ ਹਰਿੰਦਰ ਧਾਲੀਵਾਲ ਜੀ ਦਾ, ਆਮ ਆਦਮੀ ਪਾਰਟੀ ਦਾ ਸਾਥ ਦਈਏ, ਕਿਉਂਕਿ ਮੌਕੇ ਦੀ ਸਰਕਾਰ ਹੈ ਅਤੇ ਅਸੀਂ ਬਰਨਾਲਾ ਵਾਸੀਆਂ ਨੇ 35 ਸਾਲਾਂ ਦੇ ਬਾਅਦ ਸਰਕਾਰ ਜਿਹੜੀ ਆ ਦੇਖੀ ਹੈ। ਨਹੀਂ, ਇੱਥੇ ਹੀ ਹੁੰਦਾ ਸੀ ਵੀ ਜਿਹਦੀ ਸਰਕਾਰ MLA ਦੀ ਉਲਟ, ਉੱਪਰ ਅਕਾਲੀ ਦਲ ਦੀ ਸਰਕਾਰ, ਇੱਥੇ ਕਾਂਗਰਸ ਦਾ MLA, ਉੱਪਰ ਕਾਂਗਰਸ ਦੀ ਸਰਕਾਰ, ਇੱਥੇ ਅਕਾਲੀ ਦਲ ਦਾ MLA। ਅਤੇ 2.5 ਸਾਲ ਬਾਅਦ ਕਹਿ ਲਓ ਦੁਬਾਰਾ ਫਿਰ ਵੋਟਾਂ ਪੈਣੀਆਂ, ਅਤੇ 2.5 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਸੀ ਤਾਂ ਉਦੋਂ 35 ਸਾਲਾਂ ਬਾਅਦ ਬਰਨਾਲਾ ਜਿਹੜਾ ਸਰਕਾਰ ਦੇ ਵਿੱਚ ਜਿਹੜਾ ਉਹ ਆਇਆ ਸੀ, ਅਤੇ ਲੋਕਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਜੇ ਸਰਕਾਰ ਦਾ ਹਿੱਸਾ ਬਣਿਆ ਬਰਨਾਲਾ, ਤਾਂ ਸੈਂਕੜੇ ਕਰੋੜ ਰੁਪਇਆ ਪਿੰਡਾਂ ਨੂੰ ਵੀ, ਸ਼ਹਿਰ ਨੂੰ ਵੀ ਡਿਵੈਲਪਮੈਂਟ ਲਈ ਆਇਆ, ਜਿਹੜਾ ਸਾਡੇ ਪਿਛਲੇ 35 ਸਾਲ 'ਚ ਪੈਸਾ ਕਦੇ ਨਹੀਂ ਆਇਆ। ਸੋ ਸਾਰੇ ਲੋਕਾਂ ਨੂੰ ਅਸੀਂ ਉਸ ਗੱਲ ਦੀ ਅਪੀਲ ਵੀ ਕਰ ਰਹੇ ਹਾਂ, ਅਤੇ ਲੋਕਾਂ ਦੇ ਵਿੱਚ ਅਸਰ ਵੀ ਹੈ। ਸਾਰੇ ਵਪਾਰੀ ਭਰਾ ਕਹਿ ਰਹੇ ਆ ਵੀ ਅਸੀਂ ਤਾਂ ਜੀ ਆਪ ਕਹਿੰਦੇ ਹਾਂ ਕਿ ਸ਼ਹਿਰ ਦੀ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਹੈ ਜੇ ਸਰਕਾਰ ਦਾ ਬੰਦਾ ਜਿੱਤੂ, ਕਿਉਂਕਿ ਪਿਛਲੇ 2.5 ਸਾਲ 'ਚ ਅਸੀਂ ਹੁੰਦੇ ਕੰਮ ਜਿਹੜੇ ਆ ਉਹ ਦੇਖੇ ਆ। ਸੋ ਸਾਨੂੰ ਪੂਰੀ ਉਮੀਦ ਹੈ ਵੀ ਸ਼ਹਿਰ 'ਚੋਂ ਬਹੁਤ ਵੱਡਾ ਸਮਰਥਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ, ਅਤੇ ਜਿਹਦੇ ਨਾਲ ਵੱਡੀ ਲੀਡ ਨਾਲ ਸ਼ਹਿਰ ਆਮ ਆਦਮੀ ਪਾਰਟੀ ਜਿੱਤੂ। ਦੇਖੋ, ਮੈਂ ਤਾਂ ਇਹੀ ਜੋ ਕਿਹਾ ਸਾਰਾ ਇਹ ਬਰਨਾਲਾ ਨਿਵਾਸੀਆਂ ਨੂੰ ਕਿਹਾ, ਬੇਨਤੀ ਕੀਤੀ ਆ ਕਿ ਸੈਂਕੜੇ ਕਰੋੜ ਰੁਪਇਆ ਪਿਛਲੇ 2.5 ਸਾਲ 'ਚ ਬਰਨਾਲੇ ਆਇਆ। ਦੇਖੋ, ਮੈਂ ਇਹੀ ਕਹੂੰਗਾ ਜੇ 35 ਸਾਲ ਬਾਅਦ ਆਪਾਂ ਸਰਕਾਰ ਦੇ ਵਿੱਚ ਆਏ ਤਾਂ ਸੈਂਕੜੇ ਕਰੋੜ ਰੁਪਇਆ ਜਿਹੜਾ ਬਰਨਾਲੇ 'ਚ ਪਿਛਲੇ 2.5 ਸਾਲ 'ਚ ਆਇਆ, ਭਾਵੇਂ ਉਹ ਹੋਸਪਿਟਲ ਲਈ 21 ਕਰੋੜ ਹੋਵੇ, ਭਾਵੇਂ ਸੀਵਰੇਜ ਲਈ, ਪਾਣੀ ਲਈ 88 ਕਰੋੜ ਰੁਪਇਆ ਹੋਵੇ, ਚੌਂਕਾਂ ਦੀ ਬਿਊਟੀਫਿਕੇਸ਼ਨ ਲਈ ਹੋਵੇ, ਕੂੜਾ ਚੱਕਣ ਵਾਲੀਆਂ ਗੱਡੀਆਂ ਲਈ ਹੋਵੇ, ਅਤੇ ਪਿੰਡਾਂ ਦੇ ਵਿੱਚ ਤਾਂ ਮੈਂ ਜੇ ਇਕੱਲੇ ਨਹਿਰੀ ਮਹਿਕਮੇ ਨੂੰ 300 ਕਰੋੜ ਰੁਪਇਆ ਆ ਗਿਆ। ਸੋ ਜੇ ਆਪਾਂ ਰਹਿੰਦੇ ਵੀ 2.5 ਸਾਲਾਂ 'ਚ ਕੰਮ ਕਰਵਾਉਣੇ ਆ, ਡਿਵੈਲਪਮੈਂਟ ਕਰਵਾਉਣੀ ਆ, ਤਾਂ ਆਪਾਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ 1 ਨੰਬਰ ਦਾ ਜਿਹੜਾ ਚੋਣ ਨਿਸ਼ਾਨਾ ਝਾੜੂ ਦਾ ਦਵਾ ਕੇ ਆਪਾਂ ਹਰਿੰਦਰ ਜੀ ਦਾ ਸਾਥ ਦੇਈਏ, ਅਤੇ ਉਹਨਾਂ ਨੂੰ ਜਿਤਾ ਕੇ ਭੇਜੀਏ। ਅਤੇ ਅਰਵਿੰਦ ਕੇਜਰੀਵਾਲ ਜੀ ਵੀ ਸ਼ਹਿਰ ਵਾਸੀਆਂ ਨਾਲ 4 ਵਾਅਦੇ ਕਰਕੇ ਗਏ ਆ, ਇੱਕ ਤਾਂ ਇੰਡਸਟਰੀਅਲ ਫੋਕਲ ਪੁਆਇੰਟ, ਅਤੇ ਇੱਕ ਟਰੋਮਾ ਸੈਂਟਰ, ਇੱਕ ਸਟੇਡੀਅਮ ਜਿਹੜਾ ਸੰਘੇੜੇ ਬੰਨ ਹੈ, ਅਤੇ ਇੱਕ ਜਿੰਨੀ ਬਰਨਾਲੇ ਦੀ ਆਊਟਰ ਬਾਉਂਡਰੀ ਹੈ ਸਾਰੀ ਨੂੰ 4 ਲੇਨ ਜਿਹੜਾ ਕੀਤਾ ਜਾਣਾ ਵਿਚਾਲੇ ਡਿਵਾਈਡਰ ਪਾ ਕੇ। ਪਰ ਉਹ ਨਾਲ ਇਹ ਵੀ ਬੇਨਤੀ ਕਰਕੇ ਗਿਆ ਕਿ ਪਹਿਲਾਂ ਹਰਿੰਦਰ ਧਾਲੀਵਾਲ ਜੀ ਨੂੰ ਜਿਤਾ ਕੇ ਭੇਜੋ, ਮੈਂ 2.5 ਸਾਲਾਂ 'ਚ ਸਾਰੇ ਕੰਮ ਜਿਹੜੇ ਆ ਪੂਰੇ ਕਰੂੰਗਾ। ਸੋ ਮੈਂ ਇਹੀ ਬੇਨਤੀ ਕਰੂੰਗਾ, ਦੇਖੋ ਕੰਮ ਸਰਕਾਰ ਨੇ ਕਰਨੇ ਆ, ਆਪਾਂ ਹਰਿੰਦਰ ਜੀ ਦਾ ਸਾਥ ਦੇਈਏ ਤਾਂ ਕਿ ਬਰਨਾਲੇ ਜੀ ਡਿਵੈਲਪਮੈਂਟ ਹੈ, ਤਰੱਕੀ ਹੈ, ਇਹ ਕੰਮ ਨੇ ਜਿਹੜੇ ਹੋ ਸਕਣ। ਬਹੁਤ ਬਹੁਤ ਧੰਨਵਾਦ। ਦੇਖੋ, ਅੱਜ ਜਿਹੜਾ ਮੇਨ ਬਾਜ਼ਾਰ ਆ ਉਹਦੇ ਵਿੱਚ ਡੋਰ ਟੂ ਡੋਰ ਕਰਨ ਵਾਸਤੇ ਅਸੀਂ MP ਬੀਤੀ ਹਰ ਜੀ ਦੇ ਨਾਲ ਡੋਰ ਟੂ ਡੋਰ ਕਰ ਰਹੇ ਹਾਂ, ਔਰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ, ਔਰ ਹਰਿੰਦਰ ਧਾਲੀਵਾਲ ਜੀ ਵੱਡੇ ਮਾਰਜਨ ਨਾਲ ਜਿਹੜਾ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ। ਔਰ ਅਸੀਂ ਕਿਉਂਕਿ ਹਮੇਸ਼ਾ ਜਦੋਂ ਵੀ ਇਲੈਕਸ਼ਨ ਹੋਈ ਆ ਬਰਨਾਲੇ ਹਲਕੇ ਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ, ਸੋ ਹੁਣ ਵੀ ਉਮੀਦ ਹੈ ਕਿ ਚੰਗਾ ਸਮਰਥਨ ਦੇਣਗੇ ਔਰ ਵੱਡੀ ਗਿਣਤੀ 'ਚ ਜਿੱਤਿਆ ਕੇ। ਮੈਂ ਤਾਂ ਇਹੀ ਬੇਨਤੀ ਕਰਦਾ ਕਿਉਂਕਿ
ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਆਮ ਆਦਮੀ ਪਾਰਟੀ ਦਾ ਉਮੀਦਵਾਰ ਜਦੋਂ MLA ਬਣਦਾ ਹੈ ਤਾਂ ਜਿੰਨੇ ਪੈਸੇ ਪਹਿਲਾਂ ਆਏ ਨੇ ਉਸ ਤੋਂ ਵੱਧ ਕੇ ਪੈਸੇ ਮਿਲਣਗੇ ਤਾਂ ਕਿ ਜਿਹੜਾ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਆ, ਜਿਹੜਾ ਕੰਮ ਕਾਰ ਨੇ ਜਿਹੜਾ ਉਹ ਹੋ ਸਕਣ। ਸੋ ਸਾਰੇ ਜਿਹੜੇ ਬਰਨਾਲਾ ਨਿਵਾਸੀ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਦਾ ਸਾਥ ਦਿਓ ਔਰ ਝਾੜੂ ਦੇ ਨਿਸ਼ਾਨ 'ਤੇ ਆਪਣੀ ਮੋਹਰ ਲਾਓ ਤਾਂ ਕਿ ਵਿਕਾਸ ਦੇ ਵਿੱਚ ਕੋਈ ਕਮੀ ਨਾ ਰਹਿ ਸਕੇ। ਕੋਈ ਗੱਲ ਇੱਕ ਦੋ MLA ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇਹ ਹੈ ਜਦੋਂ ਸਰਕਾਰ ਹੈ ਤਾਂ ਸਰਕਾਰ ਦੇ MLA ਜਿਹੜਾ ਬਣ ਕੇ ਬਰਨਾਲੇ 'ਚੋਂ ਜਾਣਾ ਚਾਹੀਦਾ। ਹਰਿੰਦਰ ਧਾਰੀਵਾਲ ਸਾਹਿਬ ਸਾਡੇ ਉਮੀਦਵਾਰ ਨੇ ਬਰਨਾਲਾ ਚੋਣ ਵਾਸਤੇ MLA ਦੀ ਇਲੈਕਸ਼ਨ ਹੋ ਰਹੀ ਹੈ ਅਤੇ ਉਮੀਦ ਹੈ ਕਿ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਹਰਿੰਦਰ ਧਾਰੀਵਾਲ, ਮੈਂ ਜਿੱਥੇ ਤੁਸੀਂ ਜੋੜੇ ਮਾਤਰ ਸਾਹਿਬ ਸਾਰੇ, ਅਸੀਂ ਸਾਡੀ ਟੀਮ ਜਿਹੜੀ ਹੈ ਲੋਕਲ ਬਰਨਾਲਾ ਦੇ ਸਾਰੇ ਮੈਂਟਰ ਸਾਹਿਬਾਨ, ਅਸੀਂ ਡੋਰ ਟੂਰ ਕਰ ਰਹੇ ਹਾਂ, ਸਭ ਨੂੰ ਬੇਨਤੀ ਕਰ ਰਹੇ ਹਾਂ ਕਿਉਂਕਿ ਬਰਨਾਲਾ ਸ਼ਹਿਰ ਜਿਹੜਾ ਸ਼ੁਰੂ ਤੋਂ ਹੀ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਬਰਨਾਲਾ ਸ਼ਹਿਰ ਨੇ ਕਦੇ ਮਿੱਟੀ ਲੱਗ ਦਿੱਤੀ ਔਰ ਐਤਕੀ ਵੀ ਮਿੱਟੀ ਲੱਗਣ ਦੇਣਗੇ। ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਇਹ ਚੋਣ ਜਿੱਤੂਗੇ। ਹਰਿੰਦਰ ਧਾਰੀਵਾਲ ਬਰਨਾਲੇ ਦੇ ਅਗਲੇ MLA ਹੋਣਗੇ ਔਰ ਸਰਕਾਰ ਵੀ ਆਮ ਆਦਮੀ ਪਾਰਟੀ ਦੀਆਂ ਬਰਨਾਲਾ ਨਿਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਹਾਡੇ ਸਾਰੇ ਕੰਮ ਜਿਹੜੇ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ MLA ਕਰ ਸਕਦਾ, ਕਿਤੇ ਖੱਬੇ ਸੱਜੇ ਵੋਟ ਪਾ ਕੇ ਆਪਣੀ ਵੋਟ ਨਾ ਖਰਾਬ ਕਰੋ ਕਿਉਂਕਿ ਜੇ ਬਾਈ ਚਾਂਸ ਉਨੀ ਕਿ ਕਿਤੇ ਹੋ ਗਈ ਜਿੱਤ ਗਿਆ ਤਾਂ ਉਹਦੀ ਚੱਲਣੀ ਨਹੀਂ ਜੀ, ਉਹਨੂੰ ਉਹਦੀ ਕਿਸੇ ਨੇ ਮਰਨੀ ਜੀ ਗੱਲ, ਕਿਉਂਕਿ ਉਹ ਕਹਿਣਾ ਜੀ ਮੇਰੇ ਕੋਲ ਸਰਕਾਰ ਹੈ ਨਹੀਂ ਜੀ, ਮੇਰੇ ਕੋਲ ਫੰਡ ਹੈ ਨਹੀਂ ਜੀ, ਮੇਰੇ ਕੋਲ ਸੁਣਦਾ ਨਹੀਂ ਜੀ। ਇਹਦੇ ਨਾਲ ਬਿਹਤਰ ਇਹ ਹੈ ਕਿ ਜੇ ਤਰੱਕੀ ਚਾਹੁੰਦੇ ਹੋ ਜਿਵੇਂ ਪਹਿਲਾਂ ਮੀਤੇਰ ਸਾਹਿਬ ਕਰਦੇ ਸੀ ਤਾਂ ਹਰਿੰਦਰ ਧਾਰੀਵਾਲ ਨੂੰ ਆਪਣੀ ਕੀਮਤੀ ਵੋਟ ਪਾ ਕੇ 20 ਤਰੀਕ ਨੂੰ ਵੋਟ ਪਾਓ, ਪਰਮਾਤਮਾ ਦਾ ਨਾਂ ਲਓ ਔਰ ਆਮ ਆਦਮੀ ਪਾਰਟੀ ਦੇ ਜਿਹੜੇ 2.5 ਸਾਲ ਪੈਨਲ ਦਾ ਲਾਹਾ ਲਓ। ਮੈਂ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ, ਸੋ ਬਰਨਾਲਾ ਸ਼ਹਿਰ ਦੇ ਵਿੱਚ ਸਦਰ ਬਾਜ਼ਾਰ ਵਿੱਚ ਦੁਕਾਨ ਤੋਂ ਦੁਕਾਨ ਜਾ ਰਹੇ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰ ਰਹੇ ਹਾਂ ਵੀ ਭਾਈ ਸਰਕਾਰ ਦਾ ਰਹਿੰਦਾ 2.5 ਸਾਲਾਂ ਦਾ ਸਮਾਂ ਵੀ ਸਰਕਾਰ ਨੂੰ ਦਿੱਤਾ ਜਾਵੇ ਤਾਂ ਜੋ ਰਹਿੰਦੇ ਅਧੂਰੇ ਕੰਮ ਜਾਂ ਜਿਹੜੇ ਚੱਲ ਰਹੇ ਕੰਮਾਂ ਨੂੰ ਪੂਰਾ ਕੀਤਾ ਜਾਵੇ, ਸ਼ਹਿਰ ਦੀ ਡਿਵੈਲਪਮੈਂਟ ਲਈ, ਬਰਨਾਲੇ ਦੀ ਬਿਹਤਰੀ ਲਈ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਾਵੇ। ਬੜਾ ਭਰਮਾ ਹੁੰਗਾਰਾ ਮਿਲ ਰਿਹਾ, ਤੁਹਾਡੇ ਸਾਹਮਣੇ ਲੋਕਾਂ 'ਚ ਬੜਾ ਉਤਸ਼ਾਹ ਗਾ, ਲੋਕ ਬੜੀ ਉਡੀਕ ਕਰ ਰਹੇ ਆ ਵੀ ਆਉਣ ਵਾਲੀ 20 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨ ਦੱਬ ਕੇ ਬਰਨਾਲੇ ਤੋਂ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ਨਾਲ ਜਿਤਾ ਕੇ ਭੇਜੀਏ। ਸਭ ਤੋਂ ਪਹਿਲਾਂ ਤਾਂ ਬਰਨਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਪਿਆਰ ਦੇ ਰਹੇ ਨੇ, ਅਤੇ 2 ਦਿਨ ਰਹਿ ਗਏ ਸ਼ਾਮ ਨੂੰ ਚੋਣ ਜਾਬਤਾ, ਅੱਜ ਚੋਣ ਪ੍ਰਚਾਰ ਖਤਮ ਹੋ ਜਾਣਾ, ਬਹੁਤ ਸੋਹਣਾ ਮਾਹੌਲ ਆ। ਜਿਹੜੇ ਜਿਹੜੇ ਕੰਮ ਮੀਤਹਿਰ ਜੀ ਨੇ ਕੀਤੇ ਨੇ, ਜਿਹੜੇ ਜਿਹੜੇ ਕੰਮ ਹਰਿੰਦਰ ਧਾਲੀਵਾਲ ਜੀ ਨੇ ਕੀਤੇ ਨੇ, ਉਹ ਕੰਮ ਅਸੀਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆ ਅਤੇ ਇਹਦਾ ਰਿਜ਼ਲਟ ਸਾਨੂੰ 2 ਦਿਨਾਂ ਨੂੰ ਬਹੁਤ ਵਧੀਆ ਮਿਲੂਗਾ। ਘੱਟੋ ਘੱਟ 20,000 ਵੋਟ 'ਤੇ ਹਰਿੰਦਰ ਧਾਲੀਵਾਲ ਬਰਨਾਲੇ ਦੇ ਵਿੱਚ ਜਿੱਤਣਗੇ। ਹੱਥ ਜੋੜ ਕੇ ਬੇਨਤੀ ਆ ਸਾਰੇ ਬਰਨਾਲਾ ਨਿਵਾਸੀਆਂ ਨੂੰ, 35 ਸਾਲਾਂ ਬਾਅਦ ਤੁਹਾਨੂੰ ਕੋਈ ਇਹੋ ਜਿਹਾ ਲੀਡਰ ਆਇਆ ਜਿਹੜਾ ਸਰਕਾਰ ਦੇ ਵਿੱਚ ਹੋਵੇ ਅਤੇ ਜਿਹੜਾ ਜਿਹਨੇ ਤੁਹਾਡੇ ਕੰਮ ਕੀਤੇ ਹੋਣ। ਬਸ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜਿਹੇ ਲੀਡਰ ਦਾ ਮੁੱਲ ਪਾਇਓ, ਜੇ ਕਿਤੇ ਕੋਈ ਗੜਬੜ ਹੋ ਗਈ ਤਾਂ ਉਸ ਤੋਂ ਬਾਅਦ ਬਰਨਾਲੇ ਦੇ ਵਿੱਚ ਮੈਨੂੰ ਲੱਗਦਾ ਦਿਲ ਟੁੱਟ ਜਾਣਾ, ਕਿਸੇ ਨੇ ਕੰਮ ਨਹੀਂ ਕਰਨਾ ਤਾਂ ਕੰਮ 'ਤੇ ਮੋਹਰ ਲਾਇਓ। ਨਿੰਦਣ ਭੰਡਣ ਵਾਲਿਆਂ ਨੂੰ ਪਾਸੇ ਛੱਡ ਕੇ, ਗਲਤੀਆਂ ਕੱਢਣ ਵਾਲਿਆਂ ਨੂੰ ਪਾਸੇ ਛੱਡ ਕੇ, ਗਦਾਰਾਂ ਨੂੰ ਪਾਸੇ ਛੱਡ ਕੇ ਕੰਮ ਦੀ ਰਾਜਨੀਤੀ 'ਤੇ ਮੋਹਰ ਲਾਇਓ, ਜਿਨ੍ਹਾਂ ਨੇ ਤੁਹਾਡੇ ਨਗਰਾਂ ਵਾਸਤੇ, ਤੁਹਾਡੇ ਪਿੰਡਾਂ ਵਾਸਤੇ, ਤੁਹਾਡੇ ਸ਼ਹਿਰ ਵਾਸਤੇ ਕੁਛ ਕੀਤਾ। ਅਤੇ ਭਾਈ 2.5 ਸਾਲ ਰਹਿੰਦੇ ਆ ਸਰਕਾਰ ਦੇ, ਸਰਕਾਰ ਤੋਂ ਕੰਮ ਲਓ ਕਿਉਂਕਿ ਤੁਸੀਂ ਸਰਕਾਰ ਚੁਣੀ ਆ, ਜਿਹੜੀ ਸਰਕਾਰ ਆਪਾਂ ਚੁਣੀ ਆ, ਜੇ ਆਪਾਂ ਉਹ ਤੋਂ ਪੂਰੇ 5 ਸਾਲ ਕੰਮ ਹੀ ਨਾ ਲਵਾਂਗੇ ਤਾਂ ਫਿਰ ਨੁਕਸਾਨ ਹੋ ਜਾਂਦਾ। ਮੈਂ ਕਹਿੰਦਾ ਤੁਸੀਂ ਸਰਕਾਰ ਚੁਣੀ ਆ, ਸੰਗਰੂਰ ਨੇ ਬਰਨਾਲੇ ਨੇ ਚੁਣੀ ਆ ਸਰਕਾਰ, ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ,
ਤਾਂ ਘੱਟੋ ਘੱਟ 5 ਸਾਲ ਉਹ ਸਰਕਾਰ ਤੋਂ ਕੰਮ ਜ਼ਰੂਰ ਲਓ ਯਾਰ। ਧੰਨਵਾਦ।